ਨਾ ਭਜਨ ਤੇ ਨਾਰਾਇਣਾ ਜੋ ਨਾ ਭਜਨ ਤੇ
ਜਿਹੜਾ ਇਨਸਾਨ ਉਸ ਪਰਮਾਤਮਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਉਹਨੂੰ ਮੈਂ ਦਰਸ਼ਨ ਨਹੀਂ ਦਿੰਦਾ। ਉਹ ਜਿਹੜਾ ਊਚ ਨੀਚ ਬੜਾ ਛੋਟਾ ਇਹਦੇ ਵਿੱਚ ਅੰਤਰ ਰੱਖ ਰਿਹਾ ਹੈ ਉਹਨੂੰ ਵੀ ਗੁਰੂ ਮਹਾਰਾਜ ਕਹਿੰਦੇ ਉਹਦਾ ਹਾਲ ਜੋ ਦੱਸਿਆ ਕਹਿੰਦੇ ਉਸ ਇਨਸਾਨ ਦਾ ਪਸ਼ੂਆਂ ਵਰਗਾ ਹੈ। ਕਿੰਨੀ ਸੇਧ ਇਸ ਸ਼ਬਦ 'ਚ ਹੈ ਔਰ ਰਲ ਮਿਲ ਕੇ ਜੋ ਗੁਰੂ ਮਹਾਰਾਜ ਨੇ ਹੁਕਮ ਕੀਤਾ ਹੈ ਕਿ ਜਿਹੜਾ ਨਾਮ ਨਹੀਂ ਜਪਦਾ ਉਹਨੂੰ ਦਰਸ਼ਨ ਨਹੀਂ ਦਿੰਦੇ। ਔਰ ਇੱਕ ਦੋ ਮਿੰਟ ਆਪਾਂ ਨੇ ਉਸ ਪਰਮਾਤਮਾ ਦਾ ਨਾਮ ਜਪਣਾ ਹੈ ਉਹ ਕਿਸ ਤਰ੍ਹਾਂ ਜੁਗਤ ਦੇ ਨਾਲ ਜਪਣਾ ਹੈ ਸਾਰਿਆਂ ਨੇ ਰਲ ਮਿਲ ਕੇ ਜਦੋਂ ਸਵਾਸ ਅੰਦਰ ਜਾਣ ਦਾ ਵਾਹੇ ਅਤੇ ਬਾਹਰ ਆਉਣ ਕੇ ਗੁਰੂ ਦਾ ਉਚਾਰਨ ਕਰਨਾ ਹੈ ਸਾਰਿਆਂ ਨੇ ਜੁੜ ਕੇ ਅੱਖਾਂ ਸਾਰੇ ਬੰਦ ਕਰ ਲਓ। ਅੱਖਾਂ ਬੰਦ ਕਰਕੇ ਆਪਾਂ ਨੇ ਲਾਹਾ ਲੈਣਾ ਉਸ ਪਰਮਾਤਮਾ ਪਰਮੇਸ਼ਰ ਦੀ ਬੰਦਗੀ ਦਾ। ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਉਸ ਪਰਮਾਤਮਾ ਪਰਮੇਸ਼ਰ ਦਾ ਜੋ ਨਾਮ ਹੈ ਪੜ ਸਾਰੇ ਰਹੇ ਹਾਂ ਪਰ ਕਰ ਕੋਈ ਨਹੀਂ ਰਿਹਾ ਹੈ। ਆਓ ਉਸ ਪਰਮਾਤਮਾ ਦਾ ਜੋ ਪਰਮੇਸ਼ਰ ਦਾ ਨਾਮ ਸਭ ਤੋਂ ਉੱਚਾ ਹੈ ਰਲ ਮਿਲ ਕੇ ਜਪ ਲਈਏ ਸਾਰੇ। Yeah.
ਜਿਹੜਾ ਜਪੇਗਾ ਉਹਨੂੰ ਪ੍ਰਭ ਪਰਮਾਤਮਾ ਪਰਮੇਸ਼ਰ ਦਰਸ਼ਨ ਦੇਵੇਗਾ। ਸਾਰੇ ਇਸ ਲਾਈਨ ਦਾ ਉਚਾਰਨ ਕਰਕੇ ਫਿਰ ਸਮਾਪਤੀ ਕਰਦੇ, ਸਾਰੇ ਜਪੋ। ਜੋ ਨਾ ਭਜਨ ਨਾਰਾਇਣ ਗੁਰੂ ਮਹਾਰਾਜ ਕੋਈ ਅਰਦਾਸ ਬੇਨਤੀ ਕਰਨੀ ਹੈ ਕਿ ਪਰਮਾਤਮਾ ਦੂਜਿਆਂ ਜੋ ਰਹਿੰਦੇ ਸਪਾਸ ਹੈ ਉਹ ਆਪਣਾ ਨਾਮ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰੇ। ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਗੁਰੂ ਤੇ ਸੰਗਤ ਬਖਸ਼ਣ ਯੋਗ ਹੈ। ਫਤਿਹ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।